ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਹਰਮਨ ਪਿਆਰਾ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ ਹੋਂਤਾ ਕੇਸ ਪ੍ਰੋਗਰਾਮ ਦੇ 533 ਭਾਗ ਤੁਸੀਂ ਦੇਖ ਚੁੱਕੇ ਤੇ ਅੱਜ ਇੱਕ ਨਵਾਂ ਐਪੀਸੋਡ 534 ਨੰਬਰ ਲੈ ਕੇ ਸਾਰੀਆਂ ਸੰਕਟਾਂ ਦੀ ਸੇਵਾ ਵਿੱਚ ਮੋੜ ਤੋਂ ਹਾਜ਼ਰ ਹੋਏ ਹਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿੱਥੇ-ਜਿੱਥੇ ਵੀ ਬੈਠੇ ਇਸ ਪ੍ਰੋਗਰਾਮ ਨੂੰ ਦੇਖਦੇ ਆਨੰਦ ਮਾਣਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ ਜਿਹੜੇ ਕਿ ਸਾਡੇ ਸਾਰੇ ਸਵਾਲਾਂ ਦੇ ਜਵਾਬ ਗੁਰ ਇਤਿਹਾਸ ਗੁਰ ਬਾਣੀ ਤੇ ਗੁਰ ਫਲਸਫੇ ਤੇ ਆਧਾਰ ਤੇ ਦਿੰਦੇ ਹਨ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂਫਤਿ ਸਾਂਝੀ ਕਰਦੇ ਹਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ એપisode ਵਿੱਚ ਵੀ ਜੀ ਤੁਸੀਂ ਸੰਗਤਾਂ ਨਾਲ ਸਾਂਝ ਪਾਈ ਕਿ ਸਤਗੁਰੂ ਜੀ ਬਗੌਰ ਨਗਰ ਵਿੱਚ ਠਹਿਰੇ ਹੋਏ ਨੇ ਉੱਥੇ ਉੱਥੋਂ ਦੇ ਲੋਕਾਂ ਨੂੰ ਸਤਗੁਰੂ ਜੀ ਨੇ ਪਹਿਲਾਂ ਪਿਆਰ ਨਾਲ ਸਮਝਾਇਆ ਪਿਆਰ ਨਾਲ ਨਹੀਂ ਪਿਆਰ ਨਾਲ ਨਹੀਂ ਸਮਝੇ ਤੇ ਫਿਰ ਦੂਸਰੇ ਤਰੀਕੇ ਨਾਲ ਕਹਿ ਸਕਦੇ ਕਿ ਉਹਨਾਂ ਨੂੰ ਸਮਝਾਇਆ ਕਿ ਆਪਣੇ ਹੱਕਾਂ ਲਈ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਕਿਸ ਤਰ੍ਹਾਂ ਤੁਹਾਨੂੰ ਤਿਆਰ ਹੋਣਾ ਚਾਹੀਦਾ ਕਿੱਦਾਂ ਖੜੇ ਹੋਣਾ ਚਾਹੀਦਾ ਉਹਨਾਂ ਨੂੰ ਸਮਝਾਇਆ ਉੱਥੇ ਹੀ ਆ ਕੇ ਸਤਗੁਰੂ ਜੀ ਨੂੰ ਪਾਏ ਦਿਆ ਸਿੰਘ ਤੇ ਭਾਈ ਧਰਮ ਸਿੰਘ ਵੀ ਮਿਲੇ ਬਗੌਰ ਦੇ ਵਿੱਚ ਆ ਕੇ ਸਤਿਗੁਰ ਜੀ ਹੋਰ ਕਿੰਨਾ ਕਚੇਰ ਬਘੌਰ ਵਿੱਚ ਰਹੇ ਇਹਦੇ ਬਾਰੇ ਸੰਗਤਾਂ ਦੇ ਨਾਲ ਸਾਂਝਾ ਬਹੁਤ ਤੇ ਕੋਈ ਹੋਰ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਹੋਵੇ ਜਿਹੜੀ ਜਿਹੜੀ ਤੁਸੀਂ ਸੰਗਤਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਜਿਹਦੇ ਨਾਲ ਅੱਜ ਦੇ ਸਮੇਂ ਨੂੰ ਸੇਧ ਮਿਲਦੀ ਹੋਵੇ ਤੁਸੀਂ ਜ਼ਰੂਰ ਸਾਂਝੀ ਕਰੋ ਅੰਜ ਤੁਹਾਡਾ ਧੰਨਵਾਦ ਬਹੁਤ ਬਹੁਤ ਪਿਛਲੇ ਐਪੀਸੋਡ ਵਿੱਚ ਆਪਾਂ ਬਘੌਰ ਸ਼ਹਿਰ ਦੇ ਅਹਲ ਕਰਨ ਦੀ ਗੱਲ ਕਰ ਰਹੇ ਸੀ ਜੀ ਜਿਹੜੇ ਸਤੂਰ ਦੇ ਡੇਰੇ ਉੱਤੇ ਹਮਲਾਵਰ ਹੋਏ ਹਾਂਜੀ ਜੀ ਬੜੇ ਪਿਆਰੇ ਸ਼ਬਦ ਵਰਤੇ ਕਿ ਜਦ ਤੱਕ ਮੂਰਖ ਨੂੰ ਜੁੱਤੀ ਨਾ ਦਿਖਾਈ ਜਾਵੇ ਉਹ ਸਮਝਦਾ ਨਹੀਂ ਜੀ 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 ਤੇ ਪੰਜਾਬੀ ਦੀ ਕਹਾਵਤ ਹੈ ਇੱਕ ਡੰਡਾ ਪੀਰ ਹੈ ਵਿਗੜਿਆ ਟਿਗੜਿਆ ਤੇੜਿਆਂ ਦਾ ਸੋ ਵਿਗੜਿਆ ਟਿਗੜਿਆ ਦਾ ਸਤਗੁਰ ਨੇ ਬੜੀਆ ਸਮਝਾਉਣੀਆ ਪਹਿਲਾਂ ਕੀਤੀ ਪਰ ਨਹੀਂ ਸੁਧਰੇ ਹਾਂਜੀ ਸੋ ਸਤਗੁਰ ਨੇ ਫਿਰ ਡੰਡੇ ਨਾਲ ਜੀ ਉਹਨਾਂ ਨੂੰ ਉਹਨਾਂ ਦੀ ਔਕਾਤ ਵੀ ਦਿਖਾਤੀ ਜੀ ਜੀ ਪਰ ਮਾਰਿਆ ਨਹੀਂ ਔਕਾਤ ਦਿਖਾ ਕੇ ਫਿਰ ਸਮਝਾਉਣੀ ਕੀਤੀ ਕਿ ਜੇ ਤੁਹਾਡੇ ਚ ਲੜਨ ਦੀ ਚਿੰਗ ਜੇ ਬਾਕੀ ਹੈਗੀ ਆ ਜੀ ਜੀ ਜੇ ਆਣਖ ਬਾਕੀ ਹੈਗੀ ਆ ਗੈਰਦ ਬਾਕੀ ਹੈਗੀ ਆ ਜੇ ਹਥਿਆਰ ਚੱਕਣ ਦੀ ਹਿੰਮਤ ਹੈਗੀ ਆ ਤੇ ਫਿਰ ਆਪਸ ਚ ਨਾ ਲੜੋ ਜੀ ਆ ਜਿਹੜੀ ਤੁਹਾਡੇ ਉਤੇ ਕਾਬੂ ਹੋਏ ਬੈਠੇ ਲੜੋ ਉਹਨਾਂ ਨਾਲ ਹਾਂਜੀ ਹਾਂਜੀ ਵਿਦੇਸ਼ੀ ਧਾਰਮੀਆਂ ਨਾਲ ਲੜੋ ਰਾਜ ਆਪਣਾ ਕਾਇਮ ਕਰੋ ਆਪਣਾ ਸੁਵਦੇਸ਼ੀ ਰਾਜ ਕਾਇਮ ਕਰੋ ਆਪਣੀ ਸੁਤੰਤਰਤਾ ਕਾਇਮ ਕਰੋ ਆਪਣੀ ਗੁਲਾਮੀ ਕੱਟੋ ਜੇ ਲੜਨ ਦੀ ਚਿੰਗ ਬਾਕੀ ਆ ਔਰ ਜਦੋਂ ਗੁਲਾਮੀ ਦਾ ਜ਼ਿਕਰ ਹੁੰਦਾ ਨਾ ਜੀ ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਆਪਸ ਵਿੱਚ ਲੜਨ ਲੱਗ ਪੈਂਦੀਆਂ ਜੀ ਜੀ ਉਹ ਲੱਗਦੀਆਂ ਹੁੰਦੀਆਂ ਦੇਖਣ ਨੂੰ ਬਹੁਤ ਲੜਾਕੀਆਂ ਹਾਂਜੀ ਹਾਂਜੀ ਪਰ ਉਹਨਾਂ ਦੇ ਅੰਦਰ ਹੱਕ ਤੇ ਸੱਚ ਲਈ ਲੜਨ ਦੀ ਚਿੰਗ ਮਰ ਜਾਂਦੀ ਗੁਲਾਮੀ ਮਾਰ ਦਿੰਦੀ ਆ ਉਹ ਆਪਸ ਵਿੱਚ ਹੀ ਲੜ ਲੜ ਕੇ ਜੀ ਜੀ ਇਹ ਇੱਕ ਦੂਜੇ ਦੇ ਉੱਤੇ ਕਦੀ ਦਾਅ ਕਦੀ ਬਰਸ਼ੀਆਂ ਕਦੀ ਕਿਰਪਾਨਾਂ ਜਾਨੀ ਕਿ ਇੱਕ ਦੂਜੇ ਦੇ ਉੱਤੇ ਹੀ ਕਰ ਕਰਕੇ ਆਪਣੇ ਆਪ ਨੂੰ ਮਾਰਸ਼ਲ ਕੌਮਾਂ ਕਰਨ ਲੱਗ ਪੈਂਦੇ ਜੀ ਜੀ ਇਹ ਰਾਜਪੂਤਾਨੇ ਦਾ ਉਦੋਂ ਹਾਲ ਸੀਗਾ ਸਤਪੁਰ ਨੇ ਜਾ ਕੇ ਉਹਨਾਂ ਨੂੰ ਸਿੱਖੇ ਦਿੱਤੀ ਤੇ ਮੈਂ ਕਹਿੰਦੀ ਇਹ ਵੀ ਸੋਚਦਾ ਹਾਂ ਉਹਨਾਂ ਨੂੰ ਸਤਪੁਰ ਨੇ ਸਿੱਖਿਆ ਤਾਂ ਰਾਜਪੂਤਾਨੇ ਜਾ ਕੇ ਰਾਜਪੂਤਾਂ ਨੂੰ ਅੱਜ ਜਿਵੇਂ ਉੱਥੇ ਕੋਈ ਖੜ ਗਿਆ ਜੀ ਹੂੰ ਹੂੰ ਕਿ ਅਸੀਂ ਦੁਸ਼ਮਣਾਂ ਨਾਲ ਲੜਨ ਦੀ بجائے ਦੁਸ਼ਮਣ ਦੀ ਪਛਾਣ ਕਰਨ ਦੀ بجائے ਆਪਸ ਵਿੱਚ ਲੜੀ ਜਾਂਦੇ ਆਪਸ ਵਿੱਚ ਹੀ ਲੜੀ ਜਾਂਦੇ ਆ ਆਪਣੇ ادارے ਬਦਨਾਮ ਕਰੀ ਜਾਂਦੇ ਆ ਆਪਣੀਆਂ ਸੰਸਥਾਵਾਂ ਬਦਨਾਮ ਕਰੀ ਜਾਂਦੇ ਆ ਔਰ ਆਪਣੇ ਹੀ ਆਗੂਆਂ ਨੂੰ ਬਦਨਾਮ ਕਰੀ ਜਾਂਦੇ ਆ ਆਪਣੇ ਹੀ ਧਰਮ ਉੱਤੇ ਹਮਲੇ ਕਰੀ ਜਾਂਦੇ ਆ ਜੀ ਜੀ ਔਰ ਇੰਨੇ ਅਸੀਂ ਬੜੇ ਬਹਾਦਰ ਆ ਬੜੇ ਮਾਰਸ਼ਲ ਆ ਪਰ ਇਹ ਗੁਲਾਮੀ ਦੀ ਸਿਖਰ ਦੀ ਨਿਸ਼ਾਨੀ ਹੁੰਦੀ ਹੈ ਹਾਂ ਜੀ ਔਰ ਸਤਗੁਰੂ ਨੇ ਉਹਨਾਂ ਨੂੰ ਇਹ ਸਮਝਾਉਣੀ ਕੀਤੀ ਵੀ ਲੜਨਾ ਤੇ ਫਿਰ ਵਿਦੇਸ਼ੀ ਧਾਰਮੀਆਂ ਦੇ ਖਿਲਾਫ ਲੜੋ ਜੀ ਔਰ ਦੇਸ਼ ਆਜ਼ਾਦ ਕਰਾਉਣ ਲਈ ਲੜੋ ਕੌਮ ਦਾ ਸੁਤੰਤਰ ਰਾਜ ਕਾਇਮ ਕਰਨ ਦੇ ਲਈ ਲੜੋ ਇਹ ਸਤਿਗੁਰੂ ਸਿੱਖਾਂ ਦੇ ਕੀ ਆ ਗਿਆ ਉਹ ਸਤਿਗੁਰੂ ਦੇ ਜੀ ਦੀਵਾਨ ਲੱਗਾ ਹੈ ਦੀਵਾਨ ਦੇ ਵਿੱਚ ਸੰਗਤਾਂ ਫਿਰ ਸ਼ਾਮਿਲ ਹੋਈਆਂ ਸ਼ਹਿਰ ਦੀਆਂ ਆ ਕੇ ਤੇ ਦੀਵਾਨ ਲਾਉਣ ਤੋਂ ਬਾਅਦ ਸਤਿਗੁਰੂ ਨੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਆ ਐਲਾਨ ਕਰ ਦਿੱਤਾ ਕਿ ਆਪਾਂ ਇੱਥੋਂ ਕੂਚ ਕਰ ਜਾਣਾ ਹਾਂ ਠੀਕ ਹੈ ਤਿਆਰੀ ਕਰੋ ਹਾਂਜੀ ਬਗੌਰ ਤੋਂ ਆਪਾਂ ਕੂਚ ਕਰਨਾ ਹੈ ਹਾਂਜੀ ਤਿਆਰੀ ਕਰਨ ਦਾ ਜਦੋਂ ਹੁਕਮ ਸਤਿਗੁਰ ਨੇ ਦਿੱਤਾ ਜਦੋਂ ਅਜੇ ਮਾਲ ਸਬਾਬ ਸਾਂਭਣ ਦੀ ਸਾਂਭਣ ਦੀ ਗੱਲ ਕੀਤੀ ਜਾਲੀ ਆ ਰਸਤ ਵਗੈਰਾ ਸਾਂਭੀ ਜਾ ਰਹੀ ਆ ਤੰਬੂ ਵਗੈਰਾ ਤਿਆਰ ਪੱਟੇ ਜਾ ਰਹਿ ਇਦਾਂ ਕਰੋ ਜਿਹੜੇ ਲਾਏ ਹੋਏ ਸੀਗੇ ਤੇ ਉਦੋਂ ਤੱਕ ਜਦੋਂ ਅਜੇ ਤਿਆਰੀ ਸਿੰਘ ਤਿਆਰੀਆਂ ਚ ਦੁੱਝੇ ਹੋਏ ਆ ਹਾਂਜੀ ਤੰਬੂ ਸਮੀਟ ਰਹਾ ਆ ਰਸਤ ਵਗੈਰਾ ਇਕੱਠੀ ਕਰ ਰਹਾ ਆ ਸਾਰਾ ਕੁਝ ਕੂੜਿਆਂ ਨੂੰ ਦੇ ਲਈ ਤੁਰਨਾ ਚਾਹੀਦਾ ਸੀ ਆਪਣਾ ਸਮਾਨ ਨਾੜੇ ਇੰਦਾ ਇਕੱਠਾ ਕਰ ਰਹੇ ਆ ਹਾਂਜੀ ਕਿ ਤੁਰਨ ਲਈ ਵੀ ਜੀ ਇੰਤਜ਼ਾਮ ਕਰਕੇ ਤੁਰਨਾ ਪੈਣਾ ਆ ਜੀ ਤੇ ਉਦੋਂ ਤੱਕ ਭਾਈ ਨੰਦ ਲਾਲ ਜੀ ਜੀ ਮੁਗਲ ਰਾਜ ਦੇ ਇੱਕ ਦੋ ਅਹਿਲਕਰ ਹਾਂਜੀ ਤੇ ਕੁਛ ਨਾਲ ਉਹਨਾਂ ਦੇ ਅੰਗ ਰੱਖਿਆ ਹਾਂਜੀ ਉਹਨਾਂ ਚ ਇੱਕ ਦੋ ਰਾਜਪੂਤ ਵੀ ਆ ਜੀ ਉਹਨਾਂ ਨੂੰ ਲੈ ਕੇ ਭਾਈ ਨੰਦ ਲਾਲ ਜੀ ਪਹੁੰਚ ਗਿਆ ਜਿਹੜਾ ਮੁਗਲ ਰਾਜ ਦਾ ਅਹਿਲਕਰ ਆ ਉਹ ਹੈਗਾ ਨਾਲ ਹਾਕਮ ਰਾਏ ਹਾਂਜੀ ਹਾਕਮ ਰਾਏ ਜਿਹੜਾ ਆ ਉਹ ਔਰੰਗਜ਼ੇਬ ਦੇ ਸਾੜਾ ਆ ਹਮ ਹਮ ਔਰੰਗਜ਼ੇਬ ਦਾ ਜਿਹੜਾ ਵੱਡਾ ਪੁੱਤਰ ਆ ਮੁਹੰਮਦ ਕਿਉਂਕਿ ਇਹਨਾਂ ਦੇ ਕਈ ਕੀ ਵਿਆਹ ਹੁੰਦੇ ਆ ਮੁਸਲਮਾਨਾਂ ਚ ਜੀ ਜੀ ਬਾਦਸ਼ਾਹਾਂ ਦੇ ਤੋਂ ਹੁੰਦੀ ਸੀ ਜਿਹੜਾ ਔਰੰਗਜ਼ੇਬ ਦਾ ਵੱਡਾ ਪੁੱਤਰ ਆ ਮੁਹੰਮਦ ਮੁਅੱਜ਼ਮ ਜਿਹੜਾ ਬਾਅਦ ਚ ਬਹਾਦਰ ਸ਼ਾਹ ਦੇ ਨਾਂ ਤੇ ਗੱਦੀ ਤੇ ਬੈਠਾ ਸੀਗਾ ਇਹ ਮੁਹੰਮਦ ਮੁਅੱਜ਼ਮ ਦਾ ਇਹ ਸਗਾ ਮਾਮਾ ਹੈ ਹਾਂਜੀ ਹਾਕਮਾ ਜੀ ਇਹ ਅਹਿਲਕਾਰ ਦੇ ਤੌਰ ਤੇ ਮੁਹੰਮਦ ਮੁਜ਼ਮ ਦਾ ਅਹਿਲਕਾਰ ਬਣ ਕੇ ਉਹਦਾ ਯਾਨੀ ਕਿ ਬਾਦਸ਼ਾਹ ਦੇ ਪੁੱਤਰ ਦਾ ਅਹਿਲਕਾਰ ਬਣ ਕੇ ਇਹ ਅਜੀ ਗੱਦੀ ਤੇ ਨਹੀਂ ਇਹ ਸ਼ਹਿਜ਼ਾਦੇ ਦਾ ਯਾਨੀ ਕਿ ਜਿਹੜਾ ਔਰੰਗਜ਼ੇ ਦਾ ਪੁੱਤਰ ਸੀ ਵੱਡਾ ਉਹਦਾ ਜੁਬਰਾਜ ਤਿੱਕਿਆ ਹੋਇਆ ਸੀ ਇੱਕ ਤਰ੍ਹਾਂ ਦਾ ਕਹਿ ਲਓ ਗੱਦੀ ਦਾ ਵਾਰਿਸ ਕਿਹਾ ਜਾਂਦਾ ਸੀ ਇਹਨੂੰ ਇਹਨੂੰ ਮੁਹੰਮਦ ਮੁਜ਼ਮ ਦਾ ਮਾਮਾ ਅਹਿਲਕਾਰ ਦੇ ਤੌਰ ਤੇ ਉਹਦੇ ਨਾਲ ਭਾਈ ਨੰਦ ਲਾਲ ਜੀ ਜੀ ਤੇ ਉਹਦੇ ਨਾਲ ਕੁਛ ਉਹਨਾਂ ਦੇ ਅੰਗ ਰਖੇਕ ਜਿਹੜੇ ਆ ਉਹ ਪਹੁੰਚ ਗਏ ਅੰਗ ਰਖੇਕ ਬਾਹਰ ਬੈਠ ਗਿਆ ਤੇ ਐਲਕਰ ਹਾਕਮ ਰਾਏ ਤੇ ਭਾਈ ਨੰਦ ਲਾਲ ਜੀ ਦੋਨੇ ਜਣੇ ਸਤਗੁਰੂ ਦੇ ਕੋਲ ਅੰਦਰ ਆ ਗਏ ਜਿੱਥੇ ਸਿਖਾਣੇ ਐਲਕਰ ਨੂੰ ਕਹਤਾ ਬਾਹਰ ਤੁਸੀਂ ਬੈਠੋ ਉੱਥੇ ਜਿੱਥੇ ਸਿਖਾਣੇ ਬਿਠਾ ਲਿਆ ਉਹਨਾਂ ਨੂੰ ਤੇ ਸਤਗੁਰੂ ਦਾ ਹਲੇ ਤੰਬੂ ਪਟਿਆਣੀ ਦੀ ਹਲੇ ਤਿਆਰੀਆਂ ਹੀ ਕਰ ਰਹਾ ਹੁਕਮੀ ਸਤਗੁਰੂ ਨੇ ਕੀਤੇ ਸੀਗੇ ਤੇ ਸਤਗੁਰੂ ਦੇ ਤੰਬੂ ਦੇ ਵਿੱਚ ਆ ਕੇ ਭਾਈ ਨੰਦ ਲਾਲ ਜੀ ਬੈਠ ਗਿਆ ਤੇ ਹਾਕਮ ਰਾਏ ਜੀ ਬੈਠ ਗਿਆ ਠੀਕ ਹੈ ਸਤਗੁਰੂ ਨੇ ਦੂਰ ਦਾ ਸੱਪਾ ਸਫ਼ਰ ਲੰਮਾ ਜਾਣ ਕੇ ਸਤਗੁਰੂ ਨੇ ਕਿਹਾ ਵੀ ਨਾਲ ਜਿਹੜੇ ਆਏ ਆ ਇਹਨਾਂ ਦੇ ਅੰਗ ਰੱਖਕ ਵਗੈਰਾ ਇਹਨਾਂ ਦੇ ਫੌਜੀ ਜਿਹੜੇ ਆ ਉਹਨਾਂ ਨੂੰ ਵੀ ਲੰਗਰ ਪਾਣੀ ਛਕਾਇਆ ਜਾਵੇ ਜਲ ਪਾਣੀ ਛਕਾਇਆ ਜਾਵੇ ਇਹਨਾਂ ਨੂੰ ਵੀ ਸਤਗੁਰੂ ਨੇ ਆਪਣੇ ਕੋਲ ਬੈਠ ਕੇ ਭਾਈ ਨੰਦ ਲਾਲ ਨੂੰ ਹਾਕਮ ਰਾਏ ਨੂੰ ਲੰਗਰ ਪਾਣੀ ਜਲ ਪਾਣੀ ਛਕਾਇਆ ਹੈ ਜੀ ਜੀ ਜਲ ਪਾਣੀ ਛਕਾ ਕੇ ਥੰਮੇ ਨਾਲ ਫਿਰ ਭਾਈ ਨੰਦ ਲਾਲ ਨੂੰ ਪੁੱਛਿਆ ਵੀ ਕੋਈ ਹਾਕਮ ਨਾਲ ਲੈ ਕੇ ਕੋਈ ਗੱਲ ਖਾਸ ਨੰਦ ਲਾਲ ਕਹਿੰਦਾ ਜੀ ਇਹ ਮੁਗਲ ਰਾਜ ਦਾ ਜਿਹੜਾ ਮੇਰੇ ਨਾਲ ਹਾਕਮ ਰਾਏ ਹਲਕਰ ਆਇਆ ਏ ਸ਼ਹਿਜ਼ਾਦਾ ਮੁਹੰਮਦ ਮੁਜ਼ਮਦਾ ਸਨਿਆ ਲੈ ਕੇ ਆਇਆ ਆਰਗਿਵ ਦਾ ਵੱਡਾ ਪੁੱਤਰ ਮਹੰਮਦ ਮੁਜ਼ਮਮ ਖਾਨ ਔਰ ਤੁਸੀਂ ਉਹਨੂੰ ਜਾਣਦੇ ਵੀ ਆ ਕਿਉਂਕਿ ਆਨੰਦਪੁਰ ਤੇ ਇੱਕ ਵਾਰੀ ਹਮਲਾਵਰ ਪਹਾੜੀਆਂ ਤੇ ਹੋਇਆ ਸੀ ਨਾ ਆਨੰਦਪੁਰ ਤੇ ਹਮਲਾ ਨਿਸ਼ਚਿਤ ਕੀਤਾ ਪਹਾੜੀਆਂ ਦੇ ਚੁਕਰਾਂ ਦੇ ਅੰਦਰ باوجود ਵੀ ਕਿਉਂਕਿ ਨੰਦ ਲਾਲ ਵਿਦਿਆ ਦੇ ਵਿੱਚ ਇਹਦਾ ਉਸਤਾਦ ਸੀ ਭਾਈ ਨੰਦ ਲਾਲੇ ਦਾ ਉਸਤਾਦ ਸੀਗਾ ਜਦੋਂ ਭਾਈ ਨੰਦ ਲਾਲ ਨੂੰ ਆਰਗਿਵ ਨੇ ਮਰਵਾਉਣ ਦੀ ਯਾਤਰ ਮੌਦਾ ਦੀਨ ਬਦਲ ਦੀ ਕੋਸ਼ਿਸ਼ ਕੀਤੀ ਸੀ ਤੇ ਸ਼ਹਿਜ਼ਾਦਾ ਮੁਜ਼ਮ ਨੇ ਕਿਹਾ ਸੀਗਾ ਕਿ ਤੂੰ ਆਪਣਾ ਧਰਮ ਸਲਾਮਤ ਰੱਖ ਲੈ ਤੇ ਤੂੰ ਭਾਜਾ ਤੇ ਤੇਰੀ ਠਾਰ ਕਿੱਥੇ ਆ ਆਨੰਦਪੁਰ ਤੋਂ ਬੂਰੇ ਉਰੇ ਤੇਰੀ ਠਾਰ ਨਹੀਂ ਆਪਾਂ ਇਹ ਸਾਰੀ ਗੱਲ ਕਰਾਂਗੇ ਮੈਂ ਜਦੋਂ ਭਾਈ ਨੰਦ ਲਾਲ ਦੀ ਗੱਲ ਕਰਾਂਗੇ ਕਰਾਂਗੇ ਵੱਖਰੇ ਤੌਰ ਤੇ ਗੱਲ ਮੈਂ ਇਥੋਂ ਗਾਂ ਤੁਰਨਾ ਚਾਹੁੰਦਾ ਥੋੜਾ ਜੀ ਜੀ ਜਿਹੜੀ ਤੁਸੀਂ ਸਵਾਲ ਪੁੱਛੇ ਮੈਂ ਉੱਥੇ ਰਹਿਣਾ ਚਾਹੁੰਦਾ ਪਰ ਭਾਈ ਨੰਦ ਲਾਲ ਦੀ ਗੱਲ ਵੱਖਰੇ ਤੌਰ ਤੇ ਥੋੜੀ ਜੀ ਜ਼ਰੂਰ ਕਰਾਂਗੇ ਕਰਨ ਵਾਲੀ ਕਿਤੇ ਅਗਲੇ ਐਪੀਸੋਡਾਂ ਦੇ ਵਿੱਚ ਕਰ ਲਾਂਗੇ ਭਾਈ ਨੰਦ ਲਾਲ ਜੀ ਨੇ ਦੱਸਦਾ ਸਤ ਔਰ ਨੰਦ ਲਾਲ ਮੈਂ ਇੱਥੇ ਇੰਨੀ ਗੱਲ ਦੱਸਦਾ ਜਾਵਾਂ ਕਿ ਸਤਗੁਰੂ ਦੇ ਜਿਹੜੇ ਬੁੰਜਾ ਉਹਨਾਂ 52 ਕਵੀਆਂ ਜੋ ਜਿਹੜੇ ਸਰਬੋਹਰ ਕਵੀ ਪੰਜ ਸੱਤ ਸੀਗੇ ਹਾਂਜੀ ਉਹਨਾਂ ਚ ਭਾਈ ਨੰਦ ਲਾਲ ਦਾ ਨਾਮ ਹੈ ਨੰਦ ਲਾਲ ਜੀ ਦਾ ਨਾਮ ਹੁੰਦਾ ਸੀ ਭਾਈ ਨੰਦ ਲਾਲ ਜੀ ਦਾ ਨਾ ਬੋਲਦਾ ਹੈਗਾ ਸੋ ਸਤਗੁਰੂ ਨੂੰ ਬੜੇ ਪਿਆਰ ਕਰਨ ਵਾਲੇ ਸੀ ਨੰਦ ਲਾਲ ਸ਼ਰਧਾਵਾਨ ਸਿੱਖ ਸੀਗੇ ਔਰ ਲੰਗਰ ਵੀ ਨੰਦਪੁਰ ਦਾ ਲਾਉਂਦੇ ਸੀ ਸਤੂਰ ਦੀਆਂ ਬੜੀਆਂ ਬਖਸ਼ਿਸ਼ਾਂ ਇਹਨਾਂ ਨਾਲ ਜੁੜੀਆਂ ਹੋਈਆਂ ਜੋ ਗੱਲਾਂ ਮੈਚ ਕੋਈ ਨਾ ਬਾਤ ਕਿਦੇ ਕਰਾਂਗੇ ਬੜਾ ਕੁਝ ਉਹਨਾਂ ਦੇ ਜੀਵਨ ਚੋਂ ਸਿੱਖਣ ਵਾਲਾ ਵੀ ਹੈਗਾ ਤੇ ਇਹਨੇ ਕਿਹਾ ਵੀ ਸਤਗੁਰੂ ਜੀ ਤੁਹਾਡੀ ਸ਼ਰਨ ਵਿੱਚ ਅਸੀਂ ਆਏ ਹਾਂ ਭਾਈ ਨੰਦ ਲਾਲ ਨੇ ਕਿਹਾ ਵੀ ਹਾਕਮ ਰਾਏ ਤੇ ਮੈਂ ਹਾਂਜੀ ਮੈਂ ਇਲਚੀ ਬਣ ਕੇ ਆਇਆ ਹਮਮ ਸ਼ਰੀਆਦਾ ਮੁਹੰਮਦ ਮੌਜਜ਼ਬ ਤੇ ਇਹ ਵੀ ਉਹਦੇ ਇਲਚੀ ਬਣ ਕੇ ਆਇਆ ਸਤਗੁਰੂ ਨੇ ਕਿਹਾ ਵੀ ਤੁਸੀਂ ਸ਼ਰਨ ਚ ਆਏ ਆ ਆਨੰਦ ਲਾਲ ਖੋਲ ਕੇ ਗੱਲ ਦੱਸੋ ਜੀ ਬੁਝਾਰਤ ਨਹੀਂ ਨਾ ਪਾਉ ਹਾਂਜੀ ਹਾਂਜੀ ਆਮ ਤੌਰ ਤੇ ਜਿਹੜਾ ਵਿਦਵਾਨ ਬੰਦਾ ਹੁੰਦਾ ਉਹ ਹਰ ਗੱਲ ਜਿਹੜੀ ਧੰਗ ਕਰਨ ਦਾ ਹੁੰਦਾ ਉਹਦਾ ਭਾਈ ਆਨੰਦ ਲਾਲ ਬਹੁਤ ਵੱਡੇ ਵਿਦਵਾਨ ਸੀ ਕੋਈ ਸ਼ੱਕ ਨਹੀਂ ਹਾਂਜੀ ਪਰ ਸਤਗੁਰੂ ਤੇ ਤਾਂ ਜਿੱਦਾਂ ਮਰਜੀ ਬੰਦਾ ਵੱਡਾ ਹੋਵੇ ਸਤਗੁਰੂ ਦੇ ਪੈਰਾਂ ਤੱਕ ਪਹੁੰਚ ਜਾਓ ਬੜੀ ਵੱਡੀ ਗੱਲ ਨਹੀਂ ਜੀ ਸਤਗੁਰੂ ਦੇ ਚਰਨਾਂ ਦੇ ਧੂੜ ਦਾ ਇੱਕ ਕਿਣਕਾ ਵੀ ਪਹੁੰਚੋ ਇਹ ਨੰਦ ਲਾਲ ਨੇ ਵੀ ਭਾਈ ਨੰਦ ਲਾਲ ਨੇ ਆਪ ਵੀ ਗੱਲ ਕੀਤੀ ਆ ਜੀ ਕਿ ਸਤਗੁਰੂ ਦੇ ਚਰਨਾਂ ਦੀ ਧੂੜ ਦਾ ਇੱਕ ਤਿਲਕਾ ਵੀ ਕਿਤੇ ਮੈਨੂੰ ਮਿਲ ਜਾ ਤੇ ਮੈਂ ਆਪਣੇ ਤੁਹਾਨੂੰ ਭਾਗ ਸਮਝੂਗਾ ਆਪਣੀ ਕਵਤਾ 'ਚ ਹੀ ਗੱਲ ਕਹੀ ਆ ਇਹ ਗੱਲ ਭਾਈ ਨੰਦ ਲਾਲ ਵੀ ਜਾਣਦਾ ਆ ਪਰ ਵੱਡਾ ਵਿਦਵਾਨ ਤਾਂ ਹੈਗਾ ਹੀ ਆ ਨਾ ਹਾਂਜੀ ਔਰ ਉਹਦੀਆਂ ਗਜ਼ਲਾਂ ਉਹਦੀਆਂ ਜਿਹੜੀਆਂ ਰਚਨਾਵਾਂ ਹਾਂਜੀ ਕਮਾਲ ਦੀਆ ਜੀ ਕਮਾਲ ਦੀਆ ਭਾਈ ਨੰਦ ਲਾਲ ਦਾ ਰਹਿਤਨਾਮਾ ਵੀ ਮਿਲਦਾ ਹੈ ਕਮਾਲ ਦਾ ਆਪਾਂ ਕਿਤੇ ਸ਼ਾਇਦ ਸਮਾਂ ਮਿਲਿਆ ਪਉ ਦੀ ਗੱਲ ਕਰਾਂਗੇ ਸੋ ਜਿਹੜਾ ਸਤਗੁਰੂ ਨੇ ਕਿਹਾ ਵੀ ਸਿੱਧੀ ਸਿੱਧੀ ਗੱਲ ਦੱਸੋ ਤੇ ਭਾਈ ਨੰਦ ਲਾਲ ਨੇ ਫਿਰ ਕਿਹਾ ਵੀ ਹਾਕਮ ਰਾਏ ਆਪ ਹੀ ਦੱਸੂਗਾ ਹਾਂਜੀ ਜਿਹੜਾ ਅਸਲ 'ਚ ਅਹਿਲਕਾਰ ਬਣ ਕੇ ਆਇਆ ਹੈ ਆ ਹਾਂਜੀ ਵਕੀਲ ਬਣ ਕੇ ਆਇਆ ਬਾਦਸ਼ਾਹ ਦਾ ਹਮ ਹਮ ਬਾਦਸ਼ਾਹ ਦਾ ਬਾਦਸ਼ਾਹ ਦਾ ਨਹੀਂ ਸਹਯਾਦ ਦੇ ਦਾ ਜਿਹੜਾ ਆਪਣੀ ਗੱਲ ਆਪ ਆਪਣੀ ਗੱਲ ਆਪ ਦੱਸੂਗਾ ਹਾਂਜੀ ਤੇ ਹਾਕਮ ਰਾਏ ਨੇ ਦੱਸਣਾ ਸ਼ੁਰੂ ਕੀਤਾ ਵੀ ਜਦੋਂ ਔਰੰਗਜ਼ੇਬ ਦੱਖਣ 'ਚ ਬਿਮਾਰ ਹੋ ਗਿਆ ਸੀ ਨਾ ਹਾਂਜੀ ਤੇ ਜਦੋਂ ਬਿਮਾਰ ਹੋਇਆ ਉਹਦੇ ਕੋਲ ਉਹ ਆਜਮ ਖਾਨ ਆਜਮ ਸ਼ਾਹ ਸੀਗਾ ਹੂੰ ਹੂੰ ਉਹਦਾ ਪੁਰਛोटा ਪੁੱਤਰ ਹਾਂਜੀ ਰਾਜਗਦੀ ਦਾ ਵਾਰਸਿਕਾ ਵੱਡਾ ਪੁੱਤਰ ਮੁਹੰਮਦ ਮਉਜ਼ਮ ਜੀ ਜਿੱਦਾਂ ਪਿਰਤ ਚੱਲੀਆਂ ਹੁੰਦੀ ਉਹ ਸਭ ਹੂੰ ਹੂੰ ਤੇ ਆਜਮ ਸ਼ਾਹ ਬੇਈਮਾਨ ਹੋ ਕੇ ਉਹਦੀ ਬਿਮਾਰੀ ਦੀ ਖਬਰ ਲਗਾ ਕੇ ਰੱਖ ਕੇ ਸਾਰਾ ਰਾਜ ਸਾਰਾ ਖਜ਼ਾਨਾ ਸਾਰੇ ਅਹਿਲ ਘਰ ਆਪਣੇ ਨਾਲ ਗੰਢ ਕੇ ਆਪਣੀ ਮਰਜ਼ੀ ਦੇ ਸੈਨਾਪਤੀ ਸਾਰੇ ਲਾ ਕੇ ਜੀ ਤੇ ਉਹਨੇ ਰਾਜ ਤੇ ਪੂਰੀ ਬਾਗਡੋਰ ਕਰਕੇ ਸਾਡੇ ਤੋਂ ਵੀ ਬਿਮਾਰੀ ਲਗਾਈ ਰੱਖੀ ਤੇ ਜਦੋਂ ਔਰਗੇ ਮਰਿਆ ਨਾਲ ਹੀ ਆਪਣੀ ਬਾਦਸ਼ਾਹ ਦਾ ਐਲਾਨ ਕਰ ਦਿੱਤਾ ਤਾਰਾ ਆਦਮ ਦੇ ਨਾਲ ਥੱਲੇ ਠੀਕ ਠੀਕ ਹੈ ਹਾਂਜੀ ਹੈਗਾ ਛੋਟਾ ਹੱਕ ਉਹਦਾ ਨਹੀਂ ਬੰਦਾ ਜੀ ਹੱਕ ਜਿਹੜਾ ਆ ਉਹ ਵੱਡੇ ਦਾ ਮੁਹੰਮਦ ਮੌਜਮਦਾ ਬੰਦਾ ਆ ਪਰ ਮੁਹੰਮਦ ਮੌਜਮ ਤਾਂ ਉਹ ਬਰਖ ਬਖਾਰੇ ਚ ਬੈਠਾ ਸੀਗਾ ਉਹਨ ਤੋਂ ਬਾਹਰ ਦੂਰ ਪੀਂ ਜਹਾ ਸੀਗਾ ਕਾਬਲ ਕੰਦਾਰ ਦੀ ਜੰਗਾਂ ਕਹਿ ਕੇ ਉਹਦੇ ਬਗਾਵਤ ਹੋਈ ਹੋਈ ਆ ਉਹਨੂੰ ਦੂਰ ਤੋਰਿਆ ਹੋਇਆ ਸੀਗਾ ਪਰ ਜਦੋਂ ਉੱਥੇ ਖਬਰ ਮਿਲੀ ਤੇ ਮੈਂ ਉਹਨੂੰ ਸੁਦੇਆ ਦਿੱਤਾ ਜਦੋਂ ਉਧਰੋਂ ਬਲਖ ਵਗਾਰੇ ਤੋਂ ਤੁਰਿਆ ਪਰ ਉਹਦੇ ਕੋਲ ਛੋਟੀ ਜੀ ਫੌਜ ਦੀ ਦਸਤਾਇਆ ਆਪਣਾ ਜਿੰਨਾ ਕੋ ਹੁੰਦਾ ਉਧਰ ਜਿੰਨਾ ਕੋਣ ਦੇਖ ਕੇ ਤੁਰਿਆ ਸੀ ਵੱਡੀ ਫੌਜ ਤੇ ਸਾਰਾ ਖਜ਼ਾਨਾ ਜਿਹੜਾ ਤੇ ਸਾਰੇ ਅਹਿਲਕਾਰ ਤੇ ਸੂਬੇ ਜਿਹੜੇ ਆ ਉਹ ਉਤਾਰਾ ਆ ਜਾਂਦੇ ਨਾ ਰਿਆ ਠੀਕ ਹੈ ਸਾੜ ਨਹੀਂ ਪਰ ਉਹ ਪੰਜਾਬ ਚੋਂ ਲੰਘ ਕੇ ਪੰਜਾਬ ਦੇ ਵਿੱਚੋਂ ਹਰਮਨ ਪਿਆਰਾ ਸੀ ਉਹ ਪੰਜਾਬ ਚੋਂ ਲੰਘ ਕੇ ਹੁਣ ਦਿੱਲੀ ਵੱਲੇ ਦਿੱਲੀ ਆਗਰੇ ਤੱਕ ਪਹੁੰਚ ਚੁੱਕਾ ਹੋਇਆ ਆ ਠੀਕ ਹੈ ਇਹ ਬ ਅੱਛਾ ਜੱਤਾ ਮੁਹੰਮਦ ਮਾਜਮ ਉਹਨੂੰ ਬਾਦਸ਼ਾਹ ਦਾ ਪੁੱਤਰ ਹੋਣ ਦੇ ਨਾਤੇ ਕਿਸੇ ਨੇ ਬਹੁਤਾ ਡੱਕਿਆ ਵੀ ਨਹੀਂ ਕਿਉਂ ਡੱਕੂ ਦਾ ਤਾਰਾ ਆਜ਼ਮ ਹੀ ਡੱਕੂਗਾ ਕਿ ਸੂਬੇ ਨੇ ਡੱਕਿਆ ਨਹੀਂ ਹੈਗਾ ਜਿੰਨੀ ਕੋਦੇ ਕੋਲ ਫੌਜਾ ਕਿਸੇ ਦਾ ਮੁਕਾਬਲਾ ਨਹੀਂ ਉਹਦਾ ਕੀਤਾ ਪਰ ਜਦੋਂ ਤਾਰਾ ਆਜ਼ਮ ਨਾਲ ਟੱਕਰ ਹੋਣੀ ਆ ਸਾਨੂੰ ਪਤਾ ਸਾਰੇ ਸੂਬੇ ਨੇ ਤਾਰਾ ਆਜ਼ਮ ਦੇ ਹੱਕ 'ਚ ਭੁਗਤਣਾ ਸਾਰੇ ਸਨ ਆਪਣੀ ਨੂੰ ਉਹਦੇ ਹੱਕ 'ਚ ਭੁਗਤਣਾ ਭੁਗਤਣਾ ਕਾਰਨੇ ਆ ਖਜ਼ਾਨਾ ਵੀ ਉਹਦੇ ਕੋਲ ਆ ਫੌਜਾ ਵੀ ਉਹਦੇ ਕੋਲ ਆ ਤੇ ਚਲਾਬ ਵੀ ਉਹੀ ਰਾਜਦੇ ਆ ਪਹਿਲਾਂ ਬਾਦਸ਼ਾਹ ਦੇ ਨਾਂ ਤੇ ਥੱਲੇ ਔਰੰਗਜ਼ੇਬ ਦੇ ਹੁੰਦਿਆਂ ਵੀ ਉਹਨੇ ਇੱਕ ਤਰ੍ਹਾਂ ਸਾਰਾ ਕੁਝ ਕਰ ਲਿਆਗਾ ਪਰ ਹੱਕ ਉਹਦਾ ਨਹੀਂ ਬੰਦਾ ਸੀ ਜਿਹਨੂੰ ਜਿਹਦਾ ਹੱਕ ਹੈ ਰਾਜ ਉਹਨੂੰ ਮਿਲੇ ਮੁਹੰਮਦ ਮੁਅੱਜਮ ਨੂੰ ਮਿਲੇ ਤੇ ਸਾਨੂੰ ਐਦਾਂ ਲੱਗਦਾ ਕਿ ਤੁਹਾਡੀ ਮਤ ਤੋਂ ਬਿਨਾ ਸਾਨੂੰ ਰਾਜ ਨਹੀਂ ਮਿਲ ਸਕਦਾ ਬਖਸ਼ਿਸ਼ ਕਰੋ ਜੀ ਰਾਮਤਾ ਕੋ ਸਾਡੇ ਤੇ ਅਸੀਂ ਟਕਰਾ ਕਰਨ ਦਿਓਗੇ ਹਨ ਨਹੀਂ ਹਾਂਜੀ ਹਾਂਜੀ ਤੇ ਤੁਸੀਂ ਸਾਡੀ ਮਤ ਕਰੋ ਤੇ ਸਤਗੁਰੂ ਜੀ ਨੇ ਜਦੋਂ ਬੇ ਅਸੀਂ ਆਏ ਬੜੇ ਵਿਸ਼ਵਾਸ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਆਏ ਆ ਤੇ ਸਾਨੂੰ ਪਤਾ ਤੁਹਾਡੇ ਕੋਲ ਅਜ਼ਮਤ ਵੀ ਆ ਤੁਹਾਡੇ ਕੋਲ ਪੀਰੀ ਵੀ ਆ ਤੁਹਾਡੇ ਕੋਲ ਫਕੀਰੀ ਵੀ ਆ ਤੇ ਤੁਹਾਡੇ ਕੋਲ ਬਾਦਸ਼ਾਹਤ ਵੀ ਆ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਇਹ ਵੀ ਗੱਲ ਭਾਈ ਨੰਦ ਲਾਲ ਨੇ ਕਹੀ ਹੈ ਜੀ ਜੀ ਉਹ ਦਰਬੇਸ਼ ਵੀ ਆ ਪਰ ਬਾਦਸ਼ਾਹ ਵੀ ਫੌਜਾਂ ਦਾ ਮਾਲਕ ਵੀ ਆ ਤੇ ਤੁਸੀਂ ਦੋਨੇ ਤਰ੍ਹਾਂ ਨਾਲ ਸਾਡੀ ਦਰਬੇਸ਼ੀ ਦੇ ਉਤਾਰ ਤੇ ਵੀ ਮੱਤ ਕਰੋ ਅਜਮਦ ਦੇ ਤੌਰ ਤੇ ਵੀ ਮੱਤ ਕਰੋ ਤੇ ਸਾਡੀ ਬਾਦਸ਼ਾਹ ਫੌਜਾਂ ਦਾ ਤੌਰ ਤੇ ਵੀ ਮੱਤ ਕਰੋ ਬਾਖਸ਼ੀ ਤੌਰ ਤੇ ਵੀ ਦੋਨੇ ਬੰਨੇ ਦੀਨ ਦੁਨੀ ਦੇ ਤੌਰ ਤੇ ਸਾਡੀ ਹੱਕ ਵੀ ਸਾਡਾ ਬੰਦਾ ਆ ਜੀ ਸਤਗੁਰ ਨੇ ਆਖਿਆ ਵੀ ਉਹ ਕਹਿੰਨੇ ਕਿ ਸਦਾ ਰੀੜੀ ਦਾਹਾਂਗੇ ਜੇ ਤੁਸੀਂ ਤੇ ਸਤਗੁਰ ਨੇ ਆਖਿਆ ਵੀ ਦੋ ਟੁਕ ਸਤਗੁਰ ਨੇ ਗੱਲ ਕੀਤੀ ਬਸੇ ਦਿੱਲੀ ਦੀ ਬਾਦਸ਼ਾਹ ਤੋਂ ਮੁਹੰਮਦ ਮਾਜਮ ਨੂੰ ਲੈ ਲਿਆ ਆਂ ਜੀ ਹਾਂਜੀ ਤੁਸ ਜਨ ਨੂੰ ਲੈ ਕੇ ਦਿਓ ਜੀ 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 ਹਿੰਦੂਸਤਾਨ ਦੀ ਬਾਦਸ਼ਾਹ ਹੀ ਲੈਤੀ ਦਿੱਲੀ ਦੀ ਬਾਦਸ਼ਾਹ ਲੈਤੀ ਲੈ ਦੇਾਂਗੇ ਹੂੰ ਹੂੰ ਰਾਜਗਦੀ 'ਤੇ ਬੈਠ ਵੀ ਜਾਊਗਾ ਜੀ ਪਰ ਇਹ ਗੱਲ ਸਾਨੂੰ ਦੱਸੋ ਰਾਜਗਦੀ 'ਤੇ ਬੈਠ ਕੇ ਸਾਡੀ ਇੱਕ ਗੱਲ ਮੰਨੂਗਾ ਜੀ ਸਿਰ ਇੱਕ ਗੱਲ ਹੂੰ ਹੂੰ ਜੇ ਮੰਨੂਗਾ ਹੂੰ ਹੂੰ ਤਾਂ ਫਿਰ ਅਦੀ ਸੀ ਫੇਰ ਹੀ ਮਦਦ ਕਰਾਂਗੇ ਹਾਂਜੀ ਤੇ ਉਹ ਹਾਕਮ ਰਾਏ ਕਹਿੰਦਾ ਵੀ ਇੱਕ ਮਾਮਾ ਹੁੰਦੇ ਨਾਲ ਤੇ ਹੂੰ ਹੂੰ ਕਿ ਮਾਮਾ ਮੰਮੇ ਦਾ ਹੱਕ ਬੰਦਾ ਮੰਮੇ ਦਾ ਹੱਕ ਬੰਦਾ ਹੁੰਦਾ ਨਾਰਮਲੀ ਮਾਂ ਸ਼ਬਦ ਕਹਿੰਦੇ ਵੀ ਇੱਕ ਮਾਂ ਇੱਕ ਤੇ ਦੋ ਵਾਰੀ ਮਾਂ ਆ ਗਿਆ ਤੇ ਮਮਾ ਬੰਦਾ ਹਾਂਜੀ ਵੀ ਮੇਰਾ ਹੱਕ ਮੰਦਾ ਮੈਂ ਮਾਮਾ ਹੋਣ ਦੇ ਨਾਤੇ ਵੀ ਉਹਦਾ ਸਖਾ ਮਮਾ ਆ ਤੇ ਉਹਦਾ ਮੁੱਖ ਅਹਿਲਕਾਰ ਹੋਣ ਦੇ ਨਾਤੇ ਵੀ ਜੀ ਤੇ ਉਹਦਾ ਸ਼ਹਿਜ਼ਾਦੇ ਦਾ ਵਕੀਲ ਹੋਣ ਦੇ ਨਾਤੇ ਵੀ ਮੈਂ ਵਜਨ ਦੇਣਾ ਕਿ ਤੁਹਾਡਾ ਹਰ ਹੁਕਮ ਮੰਨਾ ਠੀਕ ਹੈ ਸਤਗੁਰੂ ਕਹਿੰਦੇ ਤੇਰੇ ਵਜਨ ਦਾ ਕੋਈ ਮੁੱਲ ਨਹੀਂ ਜੀ ਜੀ ਤੂੰ ਆਦਾ ਵਜਨ ਦਿੱਤਾ ਆ ਹਾਂਜੀ ਤੂੰ ਸਾਡਾ ਹੁਕਮ ਮੰਨੇਗਾ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਬਾਦਸ਼ਾਹ ਹੁਕਮ ਜਿਹੜਾ ਹੁਕਮ ਹੀ ਮੰਨਣ ਲੱਪੇ ਕਿਸੇ ਬਾਦਸ਼ਾਹ ਕਾ ਦਾ ਅਸੀਂ ਉਹਦੀ ਬਾਦਸ਼ਾਹ ਤੇ ਵੀ ਕਿੰਤੂ ਨਹੀਂ ਕਰਨਾ ਚਾਹੁੰਦੇ ਹਾਂਜੀ ਅਸੀਂ ਇੱਕ ਗੱਲ ਦੀ ਗੱਲ ਕਰਦੇ ਵੀ ਇੱਕ ਗੱਲ ਮੰਨੇਗਾ ਉਹ ਹਾਂਜੀ ਜੋ ਸਾਡੀ ਇੱਕ ਗੱਲ ਮੰਨੇਗਾ ਤੇ ਫੇ ਅਸੀਂ ਮਤ ਕਰਾਂਗੇ ਬਾਦਸ਼ਾਹ ਕੋਲ ਲਿਖ ਕੇ ਲੈ ਦੇ ਯਾਨੀ ਬਾਦਸ਼ਾਹ ਦੀ ਬਾਦਸ਼ਾਹ ਅਸੀਂ ਬਣਾ ਦੇਣਾ ਹੈ ਹਾਂਜੀ 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 ਤੇ ਉਹਦੇ ਕੋਲੋਂ ਲਿਖ ਕੇ ਲੈ ਦੇ ਬਾਦਸ਼ਾਹ ਦਿੱਲੀ ਦਾ ਅਸੀਂ ਰਾਜ ਉਹਨੂੰ ਦੇ ਦੇਣਾ ਕਿ ਦਿੱਲੀ ਦਾ ਬਾਦਸ਼ਾਹ ਬਣ ਜਾਊਗਾ ਬਣ ਜਾਊਗਾ ਹਾਂਜੀ ਅਸੀਂ ਮਤ ਕਰਾਂਗੇ ਦਰਵੇਸ਼ੀ ਤੌਰ ਤੇ ਵੀ ਬਾਦਸ਼ਾਹੀ ਤੌਰ ਤੇ ਵੀ ਦੋਨੇ ਬੰਨੇ ਅਸੀਂ ਇੱਕ ਗੱਲ ਨੂੰ ਮੰਨਣੀ ਪੈਣੀ ਹੈ ਲਿਖ ਕੇ ਦੇ ਦਿਓ ਸਾਨੂੰ ਜੀ ਜੀ ਹਾਂ ਖਬਰਾਂ ਨੇ ਫਿਰ ਦਰਾ ਕੇ ਆਤਾ ਸਤਗੁਰੂ ਜੀ ਰਾਜ ਗੱਦੀ ਤੇ ਬੈਠ ਕੇ ਤਾਂ ਜਦੋਂ ਹਾਸਲ ਹੋ ਗਈ ਸਾਨੂੰ ਮੱਜਬ ਤੁਹਾਡੀ ਹਰ ਗੱਲ ਮੰਨੂਗਾ ਠੀਕ ਹੈ ਉਹ ਤੁਹਾਡਾ ਸੇਖੋਗੇ ਵਿਚਰੂਗਾ ਹਾਂਜੀ ਹਾਂਜੀ ਉਹ ਬਾਦਸ਼ਾਹ ਹੋਗੇ ਨਹੀਂ ਵਿਚ ਤੁਹਾਡਾ ਸੇਖੋਗੇ ਵਿਚਰੂਗਾ ਤੁਹਾਡੇ ਮੂਰੇ ਸੇਖੋਗੇ ਤੁਹਾਡੇ ਮੂਰੇ ਝੁੱਕ ਕੇ ਰਹੂਗਾ ਤੁਹਾਡਾ ਰਿਣੀ ਹੋਊਗਾ ਜਿੱਦਾਂ ਤੁਸੀਂ ਕਹੋਗੇ ਉਦਾਂ ਕਰੋਗੇ ਇਹ ਮੈਂ ਗੱਲ ਪੱਕ ਕਰ ਦਿੰਦਾ ਆ ਤੇ ਦੱਸੋ ਸਾਨੂੰ ਹੁਣ ਹੁਕਮ ਕੀ ਆ ਜੀ ਸਤਿਗੁਰੂ ਕਹਿੰਦੇ ਫੇ ਵੀ ਅਸੀਂ ਉਤੋਂ ਲਿਖਤੀ ਤੌਰ ਤੇ ਉਹਦੇ ਦਸਖਤਾਂ ਦੇ ਥੱਲੇ ਲੈਣਾ ਆ। ਹਾਂਜੀ। ਪਰ ਤੁਸੀਂ ਮੰਨਦੇ ਆ ਉਹਦੇ ਵਕੀਲ ਹੁੰਦੇ ਨਾਤੇ ਤੇ ਤੁਹਾਡੀ ਗੱਲ ਵੀ ਅਸੀਂ ਸਿੱਟ ਨਹੀਂ ਪਾਉਂਦੇ। ਜੀ। ਤੁਹਾਨੂੰ ਹੁਣ ਹੁਕਮ ਇਹ ਆ ਤੁਸੀਂ ਕਹਿੰਦੇ ਹੁਕਮ ਕੀ ਆ ਉਹ ਕਹਿੰਦੇ ਸਤਿਗੁਰੂ ਕਹਿੰਦੇ ਵੀ ਤੁਸੀਂ ਤਾਂ ਹੁਣ ਰਾਜ ਗੱਦੀਆਂ ਦੇ ਵਿੱਚ ਰਹਿ ਕੇ ਦੇਖ ਲਿਆ। ਜੀ। ਰਾਜ ਘਰਾਣਿਆਂ 'ਚ ਰਹਿ ਕੇ ਦੇਖ ਲਿਆ। ਕਦੀ ਜੰਗ ਤੋਂ ਬਣਾ ਜੁਦ੍ਹ ਤੋਂ ਬਣਾ ਲੜਾਈ ਤੋਂ ਬਣਾ ਵੀ ਰਾਜ ਮਿਲਦਾ। ਹਾਂਜੀ ਹਾਂਜੀ। ਉਹ ਜਿਹਨੇ ਰਾਜ ਗੱਦੀ ਤੇ ਬੈਠਣਾ ਹੁੰਦਾ ਆ ਉਹਨੂੰ ਜੰਗਾਂ ਲੜਨੀਆਂ ਪੈਂਦੀਆਂ ਜਿਹਨੇ ਤਖਤੇ ਤੇ ਬੈਠਣਾ ਹੁੰਦਾ ਆ ਜਿਹਨੇ ਤਖਤ ਤੇ ਬੈਠਣਾ ਹੁੰਦਾ ਆ ਉਹਨੂੰ ਤਖਤੇ ਦੇ ਉੱਤੋਂ ਹੀ ਨੰਕੇ ਜਾਣਾ ਪੈਂਦਾ ਜਾਤੀ ਤਲੀਆਂ ਤੇ ਸਿਰ ਨਹੀਂ ਟਿਕਾਉਗ ਰਾਜ ਨਹੀਂ ਮਿਲਦਾ ਜੀ ਸੋ ਜੰਗ ਦੀ ਤਿਆਰੀ ਕਰੋ ਹੂੰ ਹੂੰ ਇਹ ਕਹਿੰਦਾ ਜੀ ਜੰਗ ਦੀ ਤਿਆਰੀ ਤਾਂ ਕਰ ਲਈਏ ਜੀ ਪਰ ਇੱਕ ਬੰਨੇ ਪੂਰੇ ਮੁਗਲ ਰਾਜ ਦੀ ਸੈਨਾ ਨਾਲ ਜੰਦੇ ਨਾਲ ਸੈਨਾ ਉਹਦੇ ਨਾਲ ਹਾਂਜੀ ਸੈਨਾਪਤੀ ਉਹਨਾਂ ਨਾਲ ਖਜ਼ਾਨਾ ਉਹਦੇ ਨਾਲ ਆ ਸੂਬੇ ਉਹਦੇ ਨਾਲ ਆ ਜੀ ਅਹਿਲਕਾਰ ਉਹਦੇ ਨਾਲ ਆ ਜੀ ਦੂਜੇ ਬੰਨੇ ਛੋਟੀ ਸੈਨਾ ਆ ਹਾਂਜੀ ਸ਼ਾਹਜਾਹ ਦਾ ਮੌਜੂਦਮ ਦੇ ਕੋਲ ਹੂੰ ਹੂੰ ਮੁਹੰਮਦ ਮੌਜੂਦਮ ਦੇ ਕੋਲ ਦੰਮ ਮੁਕਾਬਲਾ ਹੋਊਗਾ ਹਾਂਜੀ ਉਹਨੇ ਸ਼ੰਕਾ ਜਾਰ ਕੀਤਾ ਜੀ ਆਬਵੀਅਸਲੀ ਮਨ ਦੇ ਵਿੱਚ ਸੋਚ ਤਾਂ ਹੁੰਦੀ ਆ ਕਿ ਇੱਕ ਪਾਸੇ ਹਾਂਜੀ ਹਾਂਜੀ ਤੇ ਸਤਿਗੁਰੂ ਨੇ ਆਖਿਆ ਜੇ ਲੜੋਗੇ ਹਾਂਜੀ ਫੇ ਜਿੱਤੋਗੇ ਜੀ ਜੇ ਜਿਤਨੀਆਂ ਕੋਈ ਜੰਗ ਤੇ ਜੰਗ ਲੜਨੀ ਪੈਣੀ ਹੈ ਹਾਂਜੀ ਹਾਂਜੀ ਤੇ ਸਤਿਗੁਰੂ ਕਹਿੰਦੇ ਜੇ ਨਾਲ ਲੜੋਗੇ ਫੇ ਕੀ ਹੋਊਗਾ ਉਹ ਵੀ ਸੋਚਿਆ ਜੀ ਫਿਰ ਜਿੱਦਾਂ ਆਉਂਦੇ ਆ ਮੈਂ ਆਪਣੇ ਭਰਾਵਾਂ ਨਾਲ ਕੀਤਾ ਸੀਗਾ ਹਾਂਜੀ ਉਹਨੇ ਫੜ ਫੜ ਕੇ ਸਾਰੇ ਭਰਾ ਮਾਰੇ ਸੀ ਨਾ ਸੀ ਹਾਂਜੀ ਤਾਰਾ ਆਜਮ ਵੀ ਉਸੇ ਔਰਗਨਿਜ਼ ਦਾ ਪੁੱਤਰ ਹੈ ਉਹਦੇ ਨਾਲ ਰਿਹਾ ਹੈ ਜੀ ਜੀ ਇਨੇ ਪ੍ਰੋਪਰ ਫਰੀ ਮਾਰਨੇ ਆ ਜੀ ਵਿੱਚੇ ਤੈਨੂੰ ਵੀ ਹਕਮ ਰਾਏ ਮਾਰਨਾ ਤੁਸੀਂ ਇਹ ਦੱਸੋ ਵੀ ਲੜ ਕੇ ਮਰਨਾ ਕਿ ਡਰ ਕੇ ਮਰਨਾ ਮਰਨਾ ਹਾਂਜੀ ਹਾਂਜੀ ਮੌ ਤੁਹਾਡੇ ਮੂਹਰੇ ਖੜੀ ਆ ਲੜਿਆ ਹੋ ਸਕਦਾ ਤੁਸੀਂ ਜਿੱਤ ਜਾਓ ਜੀ ਤੁਸੀਂ ਤਾਰਾ ਜਮ ਨੂੰ ਮਾਰਦੇ ਹੋ ਲੜਿਆ ਤੁਸੀਂ ਜਿੱਤ ਜਾਓ ਜੇ ਤੁਸੀਂ ਜਿੱਤ ਗਾ ਤੇ ਫਿਰ ਬਾਦਿਸ਼ਾਹੀ ਪਰ ਜੇ ਤੁਸੀਂ ਡਰ ਕੇ ਮਰਨਾ ਆ ਤੁਸੀਂ ਮਰਨਾ ਵੀ ਤੇ ਗੀਦੀ ਵੀ ਖਵਾਉਣਾ ਤੇ ਕਹਿਰ ਵੀ ਖਵਾਉਣਾ ਜੀ ਜੀ ਇਹ ਦੇਖ ਲਓ ਹੁਣ ਤੁਸੀਂ ਵੀ ਦਾਰਾ ਸਕੋਲਾ ਇਤਿਹਾਸ ਦਰਾਉਣਾ ਜੀ ਦਾਰਾ ਸ਼ੋਹਰ ਵੀ ਵੱਡਾ ਸੀਗਾ ਹਾਂਜੀ ਹਾਂਜੀ ਸ਼ਾਹਜਹਾਂ ਨੂੰ ਚਾਹੁੰਦਾ ਸੀ ਉਹਦਾ ਪੁੱਤਰ ਪੂਹ ਰਾਜਾ ਬਣੇ ਹਾਂਜੀ ਪਰ ਔਰੰਗਜ਼ੇਬ ਨੇ ਨਹੀਂ ਬਣਨ ਦਿੱਤਾ ਮਾਰ ਦੁੱਤਾ ਤੁਸੀਂ ਉਹਨੂੰ ਦਾਰਾ ਸ਼ਿਕੋਹ ਦਾ ਇਤਿਹਾਸ ਉਦੋਂ ਬਾਅਦ ਮੌਜਮ ਨੇ ਉਦਾਂ ਹੀ ਆਪਣੇ ਉਸ ਤਾਏ ਵਾਂਗੂ ਮਰਨਾ ਆ ਹਾਂਜੀ ਕਿ ਲੈਣਾ ਆ ਹੂੰ ਹੂੰ ਉਹ ਕਹਿੰਦਾ ਨਹੀਂ ਜੀ ਲੜਾਂਗੇ ਸਤ ਗੁਰੂ ਜੀ ਪਰ ਤੁਸੀਂ ਮਤ ਕਰੋ ਹਾਂਜੀ ਤੁਹਾਡੀ ਦਰਵੇਸ਼ੀ ਸਾਡੀ ਮੱਤ ਕਰੇ ਤੁਹਾਡੀ ਬਾਦਸ਼ਾਹੀ ਸੈਨਾ ਤੁਹਾਡੀ ਜਿਹੜੀ ਤੁਹਾਡੇ ਕੋਲ ਸੈਨਾ ਆ ਜਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦੋਨੇ ਪਾਸੇ ਤੁਸੀਂ ਸਾਡੀ ਮੱਤ ਕਰੋ ਅਸੀਂ ਲੜਾਂਗੇ ਭਾਈ ਨੰਦ ਲਾਲ ਨੇ ਕਿਹਾ ਲੜਨਾ ਤਾਂ ਸਤਿਗੁਰ ਨੇ ਜਦੋਂ ਸਤਿਗੁਰ ਨੇ ਕਹਿ ਤਾ ਤੂੰ ਕਿਉਂ ਸੰਸਤਾ ਕਰਦਾ ਆ ਤੂੰ ਸ਼ੰਕੇ ਕਿਉਂ ਕਰਦਾ ਆ ਜੇ ਸਤਿਗੁਰ ਨੇ ਕਹਿ ਤਾ ਤੇ ਸਤਿਗੁਰ ਫਿਰ ਰਾਜ ਲੈ ਕੇ ਦੇਣਗੇ ਇਸ ਗੱਲ ਤੇ ਯਕੀਨ ਲੱਗ ਭਾਈ ਨੰਦ ਲਾਲ ਤਾਂ ਸਤਿਗੁਰ ਦੀ ਸਮਰਥਾ ਨੂੰ ਜਾਣਦੇ ਸੀ ਨਾ ਹਾਂਜੀ 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 ਸੋ ਇਹ ਹਾਕਮ ਰਾਏ ਉਹਨਾਂ ਨੇ ਜਦੋਂ ਸਤਿਗੁਰ ਐਸੀ ਜਿਹੜੀ ਬੜੀ ਸਿਧਾਂਤ ਦੀ ਗੱਲ ਕਹੀ ਹੈ ਨਾ ਜਿਹੜੀ ਤੁਸੀਂ ਕਹਿੰਦੇ ਅੱਜ ਦੇ ਸਮੇਂ ਜਿਹੜੀ ਸਿੱਖਾਂ ਦੀ ਗੱਲ ਹੋਵੇ ਹਾਂਜੀ ਰਾਜ ਉਹਨਾਂ ਦੇ ਆਉਂਦੇ ਖਾਲਸਾ ਰਾਜ ਕਿਵੇਂ ਬਣਿਆ ਰਾਜ ਉਹਨਾਂ ਕੌਮਾਂ ਦੇ ਆਉਂਦੇ ਜਿਹੜੀਆਂ ਕੌਮਾਂ ਲੜਨਾ ਜਾਂਦੀਆਂ ਹਾਂਜੀ ਜੀ ਕੱਲ ਲੜਨਾ ਹੀ ਨਾ ਜਾਂਦੀ ਹੁਣ ਹਾਂਜੀ ਇਹ ਵੀ ਜਾਣਦੀ ਹੋਣਗੇ ਕਦੋਂ ਲੜਨਾ ਤੇ ਕਦੋਂ ਨਹੀਂ ਲੜਨਾ ਹਾਂਜੀ ਹਾਂਜੀ ਕੋ ਸਤਿਗੁਰੂ ਨੇ ਗੱਲ ਬੋਲੀ ਬਿਨਾ ਮਤਲਬ ਹੀ ਨਹੀਂ ਬੀਤੇ ਜਿੰਦ ਮਰਜੀ ਜਦ ਤੱਕ ਤੁਸੀਂ ਸ਼ਹਿ ਲਾ ਕੇ ਨਹੀਂ ਬੈਠ ਸਕਦੇ ਨਾ ਜੀ ਉਹ ਤੱਕ ਤੁਸੀਂ ਸ਼ਿਕਾਰ ਨਹੀਂ ਕਰ ਸਕਦੇ ਜੀ ਸ਼ੇਰ ਨਾ ਵੱਡਾ ਜਾਨਵਰ ਕੋਈ ਨਹੀਂ ਹਾਂਜੀ ਕਿ ਨਾ ਤਾਂ ਤਰ ਜਾਨ ਕੋਈ ਆਪਾਂ ਜੰਗਲ ਦਾ ਬਾਦਸ਼ਾਹ ਕਿਹਨੇ ਆ ਪਰ ਸ਼ੇਰ ਨੇ ਜਦੋਂ ਹਿਰਨ ਦਾ ਸ਼ਿਕਾਰ ਵੀ ਕਰਨਾ ਹੁੰਦਾ ਹਾਂਜੀ ਹਾਂਜੀ ਹਿਰਨ ਦਾ ਸ਼ਿਕਾਰ ਕਰਨਾ ਹੋਵੇ ਹਾਂਜੀ ਉਹਨੇ ਮਿਰਗ ਦਾ ਸ਼ਿਕਾਰ ਕਰਨਾ ਹੋਵੇ ਹਾਂਜੀ ਉਹਨੇ ਜੰਗਲ ਦੀ ਕਿਸੇ ਵਿੱਚ ਭਾਈ ਭੇਡ ਬੱਕਰੀ ਨੂੰ ਵੀ ਘੇਰਨਾ ਹੋਵੇ ਹਾਂਜੀ ਕਿਸੇ ਗਾਂਵਸ਼ੇ ਨੂੰ ਵੀ ਘੇਰਨਾ ਹੋਵੇ ਸ਼ੇਰ ਫੇ ਵੀ ਸ਼ਹਿ ਲਾ ਕੇ ਬੈਠਦਾ ਔਰ ਕੱਲਾ ਨਹੀਂ ਹੁੰਦਾ ਉਹਦੇ ਨਾਲ ਸ਼ੇਰ ਜਿੱਦੋਂ ਸ਼ਿਕਾਰ ਕਰਦਾ 2 ਜਾਂ 3 ਸ਼ੇਰ ਇਕੱਠੇ ਹੁੰਦੇ ਆ ਇਹ ਗੱਲਾਂ ਹਿਲਦਾ ਜਾਂ ਸ਼ੇਰ ਕੱਲਾ ਹੀ ਹੁੰਦਾ ਜੀ ਸ਼ੇਰ ਕੱਲਾ ਨਹੀਂ ਕਦੀ ਹੁੰਦਾ ਸ਼ੇਰ ਵੀ ਪਰਿਵਾਰ ਚ ਰਹਿੰਦਾ ਸ਼ੇਰ ਵੀ ਝੁੰਡ ਬਣਾ ਕੇ ਰਹਿੰਦਾ ਸ਼ੇਰ ਜਦੋਂ ਸ਼ਿਕਾਰ ਕਰਦਾ 2 ਜਾਂ 3 ਸ਼ੇਰ ਇਕੱਠੇ ਹੋ ਕੇ ਕਰਦੇ ਆ ਔਰ ਅੱਜ ਤੱਕ ਕਿਸੇ ਨੂੰ ਭਲੇਖਾ ਨਹੀਂ ਹੋਣਾ ਜਦੋਂ ਜਦੋਂ ਡਾਕੂਮੈਂਟਰੀਆਂ ਬਣੀਆਂ ਹੋਈਆਂ ਜੰਗਲ ਦੇ ਉੱਤੇ ਹਾਂਜੀ 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 ਲੇਚਰ ਦੇ ਉੱਤੇ ਸਾਰਾ ਕੁਝ ਕਲੀਅਰ ਦੇ ਪਤਾ ਲੱਗ ਜਾਂਦਾ ਹੈ ਤੇ ਕਲੀਅ ਤੇ ਉਹ ਮਿਰਗ ਨੂੰ ਵੀ ਘੇਰਨਾ ਹੋਵੇ ਤਾਂ ਇੱਕ ਸ਼ੇਰ ਪਿੱਲਾ ਡੜਾਉਂਦਾ ਆ ਬੜਕ ਮਾਰਦਾ ਆ ਜਾਂ ਚੀਤਾ ਜਾਂ ਸ਼ੇਰ ਤੇ ਦੂਜੇ ਬੰਨੇ ਸ਼ੇਰ ਮੂਰ ਦੇ ਬੰਨੇ ਉਹਨੂੰ ਘੇਰਦਾ ਆ ਤੇ ਉਹਦੀ ਗਰਦਨ ਨੂੰ ਹੱਥ ਪਾਉਂਦਾ ਆ ਜੀ 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 ਜਦ ਤੱਕ ਕਿਸੇ ਜਾਨਵਰ ਦੀ ਕਿਸੇ ਘੋੜੇ ਦੀ ਕਿਸੇ ਮੱਝ ਦੀ ਕਿਸੇ ਗਾਂ ਦੀ ਕਿਸੇ ਹਿਰਨ ਦੀ ਗਰਦਨ ਨੂੰ ਹੱਥ ਦੀ ਪੈਂਦਾ ਉਦੋਂ ਤਾਂ ਕੋਈ ਸ਼ੇਰ ਤੇ ਕਾਬੂ ਨਹੀਂ ਹੁੰਦਾ ਬਿਲਕੁਲ ਆਪਾਂ ਪੰਜਾਬੀ ਚ ਕਹਿੰਦੇ ਨੇ ਗਿੱਚੀ ਗਿੱਚੀ ਉਹ ਬਖਣਾ ਨਾ ਤੇ ਸਤਗੁਰੂ ਲੜਨਾ ਵੀ ਆ ਹਾਂਜੀ ਸ਼ੇਰ ਆ ਕੇ ਬੈਠਣਾ ਤਦ ਸਿੰਘ ਸ਼ਬਦ ਵਰਤਿਆ ਸਕਲੀ ਕਿ ਤੁਸੀਂ ਸਿੱਖਣਾ ਆ ਲੜਨਾ ਜ਼ਰੂਰ ਸਿੱਖਣਾ ਆ ਪਰ ਸ਼ੇਰ ਆ ਕੇ ਬੈਠਣਾ ਵੀ ਸਿੱਖਣਾ ਹੈ ਸ਼ਿਕਾਰ ਕਿੱਦਾਂ ਕਰਨਾ ਉਹ ਵੀ ਸਿੱਖਣਾ ਆ ਤੇ ਜਦੋਂ ਲੜਨਾ ਹੈ ਉਦੋਂ ਗਿੱਚੀ ਨੂੰ ਹੱਥ ਪਾਉਣਾ ਹੈ ਜੀ ਜੀ ਜੇ ਗਿੱਚੀ ਨੂੰ ਹੱਥ ਪਾ ਲਿਆ ਤੇ ਫਿਰ ਝੁੰਡਾਂ ਦੇ ਝੁੰਡ ਦੇ ਵਿੱਚ ਆਲੇ ਦੁਆਲੇ ਨੂੰ ਬਚਾਉਣ ਵਾਲੇ ਹੋਣਗੇ ਬਚਾ ਨਹੀਂ ਸਕਣਗੇ ਪਰ ਜੇ ਤੁਹਾਡਾ ਗਿੱਚੀ ਨੂੰ ਹੱਥ ਨਹੀਂ ਪਿਆ ਤੇ ਫਿਰ ਮੱਝਾਂ ਵੀ ਗਈਆਂ ਰਹੀ ਸ਼ੇਰ ਨੂੰ ਮਾਰ ਦਿੰਦੀ ਜੀ 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 ਅੱਜ ਕੀ ਅੱਜ ਦੇ ਡਾਕੂਮੈਂਟ ਨੇ ਦੇਖਦਾ ਇਹ ਜਿਹੜੀ ਸਿੱਖਣ ਦੀ ਉਹਦੋਂ-ਉਦੋਂ ਦੀ ਅੱਜ ਤੋਂ ਜਾਨੀ ਕਿ 300 ਸਾਲ ਪਹਿਲਾਂ ਇੱਕ ਤਕਨੀਕ ਸੀ ਕਿ ਜਦੋਂ ਤੁਹਾਡਾ ਧਿਆਨ ਤੁਹਾਡਾ ਕਨਸੈਂਟਰੇਟ ਪੂਰਾ ਜਿਹੜਾ ਹੋਣਾ ਚਾਹੀਦਾ ਜਿਹੜਾ ਵੀ ਤੁਸੀਂ ਕੰਮ ਕਰ ਰਹੇ ਆ ਤੇ ਸਤਗੁਰੂ ਨੇ ਸਮਝਾਉਣੀ ਕੀਤੀ ਉਹਨਾਂ ਨੂੰ ਬਿਨ ਲੜੇ ਬਿਨਾ ਤਾਂ ਨਹੀਂ ਪਰ ਲੜਨਾ ਉਦਾਂ ਆ ਜਿੱਦਾਂ ਸ਼ੇਰ ਲੜਦਾ ਆ ਬਿਲਕੁਲ ਕਿਸੇ ਨੂੰ ਹੱਥ ਪਾਣਾ ਆ ਅਸੀਂ ਆਵਾਂਗੇ ਮਤ ਕਰਨ ਦੇ ਜੀ 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 ਸਤਗੁਰੂ ਜੀ ਨੇ ਐਲਾਨ ਕਰ ਦਿੱਤਾ ਹਾਂਜੀ ਉਹਨਾਂ ਨੂੰ ਤੋੜਿਆ ਹਾਂਜੀ ਹਾਕਮ ਰਾਏ ਨੇ ਕਹਿੰਦਾ ਤੁਸੀਂ ਚੱਲੋ ਉਹ ਕਹਿੰਦਾ ਸਤਗੁਰੂ ਕੋ ਮਦਦ ਦੇ ਕੇ ਨਾਲ ਤੋਰੋ ਹਾਕਮ ਰਾਏ ਲਿਖ ਕੇ ਦੇ ਗਿਆ ਸੀ ਹਾਕਮ ਰਾਏ ਨੇ ਲਿਖਣਾ ਸਾ ਤੁਮ ਜਿਹੜਾ ਬਾਦਸ਼ਾਹ ਬਣੂਗਾ ਜਿਹਨੇ ਬਾਦਸ਼ਾਹ ਬਣਨਾ ਹੈ ਤੇਰਾ ਤੂੰ ਤਾਂ ਐਲ ਕਰ ਰਿਹਾ ਉਹਨੇ ਕਹਿੰਦਾ ਮੈਂ ਤਾਂ ਲਿਖਿਆ ਹੀ ਨਹੀਂ محمد ਮੁਅਜ਼ਜ਼ਮ ਜਿਹੜਾ ਬਾਅਦ ਵਿੱਚ ਬਹਾਦਰ ਸ਼ਾਹ ਦੇ ਨਾਲ ਥਲੇ ਬਾਦਸ਼ਾਹ ਬਣਿਆ ਸੀਗਾ ਵੀ ਹਮ محمد ਮਜ਼ਮ ਲਿਖ ਕੇ ਦੇਵੇ ਤੇ ਸਤਗੁਰੂ ਨੇ ਉਹਨੂੰ ਕਿਹਾ ਹਾਕਮ ਰਾਏ ਲਿਆ ਤੂੰ ਭਾਈ ਨੰਦਲਾਲ ਨੂੰ ਸਾਡੇ ਕੋਲ ਆਪਣਾ ਸ਼ਾਹਜਾਹ ਦੇ ਦਾ ਇਲਚੀ ਬਣਾ ਕੇ ਲਿਆ ਸੀ ਤੇ ਆਪ ਉਹਦਾ ਵਕੀਲ ਬਣ ਕੇ ਆਇਆ ਸੀ ਲੈ ਹੀ ਭਾਈ ਨੰਦਲਾਲ ਦੀ ਤਰੱਕੀ ਕਰਤੀ ਅਸੀਂ ਇਹਨੂੰ ਗੁਰੂ ਘਰ ਦਾ ਵਕੀਲ ਬਣਾ ਕੇ ਤੇਰੇ ਨਾਲ ਤੋਰ ਦਲੇ ਠੀਕ ਠੀਕ ਤੁਸੀਂ ਇਲਚੀ ਬਣਾ ਕੇ ਲਿਆਏ ਸੀ ਨਾ ਮੁਲਾਕਾਤ ਕਰਾਉਣ ਆਲਾ ਅਸੀਂ ਇਹਨੂੰ ਵਕੀਲ ਬਣਾ ਕੇ ਤੇਰੇ ਨਾਲ ਤੋਰਦੇ ਆਂ ਤੂੰ ਚੱਲਿਆ ਆਂ ਤੇ ਤੂੰ ਬਾਦਸ਼ਾਹ ਦਾ ਵਕੀਲ ਬਣ ਕੇ ਆਇਆ ਏ ਤੇ ਸਾਡਾ ਵਕੀਲ ਤੇਰੇ ਨਾਲ ਆਇਆ ਹੋਏ ਇਲਚੀ ਸਾਡਾ ਇਤਬਾਰ ਜੋਗੇ ਸਿੱਖਿਆ ਅਸੀਂ ਇਹਨੂੰ ਇਲਚੀ ਬਣਾ ਕੇ ਤੇਰੇ ਨਾਲ ਤੋਰਦੇ ਆਂ ਭਾਈ ਨੰਦਲਾਲ ਤੇਰੇ ਨਾਲ ਜਾਊਗਾ ਜੀ ਔਰ ਭਾਈ ਨੰਦਰਾਉਲ ਜਾ ਕੇ ਸ਼ਯਾਦਾ ਮੁਹੰਮਦ ਮੁਹੰਦਮ ਦੇ ਕੋਲ ਇਹ ਲਿਖਾ ਲਵੇ ਲਿਖ ਕੇ ਭਾਈ ਨੰਦਰਾਉਲ ਨੂੰ ਦੇ ਦਿਓ ਸਾਡੇ ਵਕੀਲ ਨੂੰ ਦੇ ਦਿਓ ਆਪਣੇ ਦਸਤਕਤਾਂ ਦੇ ਥੱਲੇ ਲਿਖ ਦਵੇ ਅਸੀਂ ਮਦਦ ਲਈ ਫੌਜ ਭੇਜ ਦਿੰਨੇ ਆ ਉਹ ਕਹਿੰਦਾ ਇਹ ਹੱਕ ਬਰਾਏ ਕਹਿੰਦਾ ਸਤਗੁਰੂ ਜਦੋਂ ਮੈਂ ਗੱਲ ਕਹਿਤੀ ਹਾਂਜੀ ਮੈਂ ਮਾਮਾ ਮੀਆਂ ਮੈਂ ਵਕੀਲ ਮੀਆਂ ਸਭੀ ਲੋਕ ਉਹਨਾਂ ਨੇ ਗੱਲ ਕਹਿਤੀ ਸਤਬੰਦੇ ਯਕੀਨ ਕਰ ਲਿਆ ਪਰ ਲਿਖਤੀ ਜ਼ਰੂਰ ਲੈਣੀ ਆ ਤੇਰੇ ਨਾਲ ਫੌਜਾ ਸਤਗੁਰੂ ਨੇ ਭਾਈ ਧਰਮ ਸਿੰਘ ਦੀ ਕਮਾਂਡ ਦੇ ਵਿੱਚ ਜੀ ਜੀ ਐ ਕੁਛੇਗਾ ਦਾ ਜਥਾ ਹਾਂਜੀ ਉਹਨਾਂ ਦੇ ਨਾਲ ਮੂਰੇ ਮੂਰੇ ਮਗਰ ਮਗਰ ਨਾਲ ਜਦੋਂ ਉਹ ਤੁਰੇ ਉਹਨਾਂ ਦੇ ਨਾਲ ਨਾਲ ਭਾਈ ਧਰਮ ਸਿੰਘ ਦੀ ਕਮਾਂਡ ਦੇ ਵਿੱਚ ਨਾਲ ਕੁਝ ਸਿੰਘਾਂ ਦਾ ਹਥਿਆਰਬੰਦ ਸਿੰਘਾਂ ਦਾ ਦਸਤਾ ਤੂਰ ਵੀ ਦਿੱਤਾ ਕਿ ਇਹ ਨਾ ਆਖਿਆ ਜੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਜਵਾਨੀ ਜਵਾਨੀ ਗੱਲ ਕਹੀ ਆ ਗੁਰੂ ਗੋਬਿੰਦ ਸਿੰਘ ਨੇ ਇੱਕ ਦਸਤਾ ਤੂਰ ਵੀ ਦਿੱਤਾ ਨਾਲ ਆਖਿਆ ਜੇ ਲੋੜ ਪਈ ਤੇ ਅਸੀਂ ਵੀ ਨਾਲ ਮਗਰ ਮਗਰ ਆ ਜੀ ਜੀ ਸਤਗੁਰੂ ਨੇ ਭਾਈ ਦਿਆਲ ਸਿੰਘ ਨੂੰ ਭਾਈ ਬਨੋਦ ਸਿੰਘ ਨੂੰ ਭਾਈ ਦਾਨ ਸਿੰਘ ਨੂੰ ਤੇ ਜਿਹਦੇ ਨਾਲ ਸਾਡੇ ਸਤਗੁਰ ਸਾਥੀ ਹੋਰ ਸੀਗੇ ਸਾਰੇ ਪੂਰਾ ਜੱਥਾ ਸੀ ਉਹ ਆਪਣੇ ਕੋਲ ਰੱਖ ਲਿਆ ਸਤਗੁਰੂ ਕਹਿੰਦੇ ਲਓ ਜੀ ਹੁਣੇ ਤੁਸੀਂ ਤੁਰਨ ਲੱਗੇ ਆ ਤੇ ਭਾਈ ਧਰਮ ਸਿੰਘ ਦੀ ਕਮਾਂਡ ਦੇ ਵਿੱਚ ਇੱਕ ਜਥਾ ਜਿਹੜਾ ਜਗਜੂ ਸਿੰਘਾਂ ਦਾ ਸੀਗਾ ਤੋਰਤਾ ਕਹਿੰਦੇ ਸਤਗੁਰੂ ਨੇ ਕਿਹਾ ਵੀ ਜਦੋਂ ਤੁਸੀਂ ਜੰਗ ਕਰੋਗੇ ਇਹ ਸਾਡਾ ਦਸਤਾਬੂਰੇ ਕਿਲੜੂਆ ਮਗਰ ਅਸੀਂ ਆ ਰਹੇ ਆ ਪਿੱਛਾ ਵੀ ਅਸੀਂ ਸੰਭਾਂਗੇ ਅੱਗਾ ਵੀ ਸੇ ਸਾਹਮਣੇ ਅੱਗਾ ਵੀ ਭਾਈ ਧਰਮ ਸਿੰਘ ਨੂੰ ਸਾਹਮਣੇ ਤੁਸੀਂ ਇਹ ਨਾ ਕੋਈ ਮਤਲੀ ਕਰਾਂਗੇ ਪਰ ਲਿਖਤੀ ਪਹਿਲਾਂ ਲੈ ਆ ਜੂਗਾ ਜਦੋਂ ਭਾਈ ਅਨੰਦ ਲਾਲ ਨੂੰ ਲਿਖਤਾ ਜਦੋਂ ਸਾਈਨ ਕਰ ਦਿੱਤੇ ਉਸ ਤੋਂ ਬਾਅਦ ਜੰਗ ਤੇ ਇਹ ਗੱਲ ਸਤਿਗੁਰੂ ਨੇ ਨਾਲ ਹਦਾਇਤ ਦਿੱਤੀ ਕਿ ਉਹ ਇੱਕ ਥਾਂ ਤੇ ਬੈਠ ਕੇ ਉਡੀਕਦਾ ਨਾ ਰਹੇ ਜੀ 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 ਕਿ ਤਾਰਾ ਆਜਮ ਆ ਕੇ ਉੱਤੇ ਹਮਲਾਵਾ ਹੋਈ ਮੱਝ ਨੂੰ ਜਾ ਕੇ ਇਹ ਕਹਿ ਦਿਓ ਜੇ ਉਹਨੇ ਰਾਜ ਲੈਣਾ ਹੈ ਉਹਨੂੰ ਗਾਂਹ ਵੱਧ ਕੇ ਆਪ ਜਾ ਕਰਨੀ ਪੈਣੀ ਆ ਆਗਰੇ ਦਿੱਲੀ ਦੇ ਕੋਲ ਜੇ کھیਧਿਆ ਗਿਆ ਇਧਰਲੇ ਬੰਨੇ کھیਧਿਆ ਗਿਆ ਉੱਥੇ ਉਹ ਰਹੇ ਜਾਊਗਾ ਉੱਥੇ ਹੀ ਰਹੇ ਜਾਊਗਾ ਉਹਨੂੰ ਕਹੋ ਵੀ ਚੰਬਲ ਪਾਰ ਕਰਕੇ ਕਿਉਂਕਿ ਤਾਰਾ ਆਜਮ ਵੀ ਦਖਣ ਤੋਂ ਤੁਰ ਪਿਆ ਹੋਇਆ ਹਾਂਜੀ ਹਾਂਜੀ ਤੁਹਾਨੂੰ ਜਦੋਂ ਪਤਾ ਲੱਗਿਆ ਹੋਇਆ ਤਾਰਾ ਜੋ ਮਿੱਠੀਆਂ ਫੌਜਾਂ ਲੈ ਕੇ ਤੁਰ ਪਿਆ ਵੀ ਚੰਬਲ ਪਾਰ ਕਰਕੇ ਆ ਕੇ ਜਿੱਥੋਂ ਨੂੰ ਬਾਹਰਲੀ ਪਿੱਛੇ ਦਿੱਲੀ ਦੀ ਅਗਲੇ ਦੀ ਬਹੁਤ ਵੱਡੀ ਮਦਦ ਨਾ ਮਿਲ ਸਕੇ ਪਿੱਛਾ ਸੰਭ ਕੇ ਆਪਣਾ ਅਸੀਂ ਵੀ ਪਿੱਛਾ ਸੰਭਾਂਗੇ ਤੇ ਚੰਬਲ ਪਾਰ ਕਰਕੇ ਜਾ ਕੇ ਤਾਰਾ ਜਮ ਦੇ ਨਾਲ ਟੱਕਰ ਵੇ ਲਵੀ ਇਹ ਇਹ ਗੱਲ ਵੀ ਸਤਗੁਰੂ ਨੇ ਨਾਲ ਨਾਲ ਇੱਕ ਤਕਨੀਕ ਵੀ ਦੱਸ ਦਿੱਤੀ ਜੀ 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 ਸਭ ਤੋਂ ਵੱਡੀ ਗੱਲ ਹੁੰਦੀ ਜੰਗ ਦੇ ਵਿੱਚ ਤਕਨੀਕ ਠੀਕ ਹੈ ਔਰ ਮੈਂ ਸੋਚਦਾ ਕਿ ਦੇ ਸੈਨਾਪਤੀ ਦੇ ਤੌਰ ਤੇ ਜਿਹੜੀ ਤਕਨੀਕ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਕੋਲ ਆ ਵੈਸੀ ਤਾਂ ਉਹ ਦਿਬਿਦ੍ਰਿਸ਼ਟੀ ਦੇ ਮਾਲਕ ਮੈਂ ਇਹ ਗੱਲ ਨਾਲ ਕਹਿ ਕੇ ਦੁਰਦਾ ਪਰ ਸਾਡੇ ਲਈ ਪੂਰਨੇ ਪਾਉਣੇ ਨੇ ਸਤਗੁਰੂ ਕਿਤੇ ਆਨੰਦਪੁਰ ਦੇ ਕਿਲੇ ਦੇ ਅੰਦਰ ਲੜਦਿਆ ਤੇ 10 ਲੱਖ ਦੀਆਂ ਫੌਜਾਂ ਦਾ ਘੇਰਾ ਆ ਸਾਰੀ ਬਾਛੇ ਸੈਨਾ ਗਈ ਹੋਈ ਆ ਤੇ ਸਤਗੁਰੂ ਇੱਕ ਛੋਟਾ ਜਿਹਾ ਸ਼ਹਿਰ ਹੈ ਆਨੰਦਪੁਰ ਉਮਰਦਿੰਦ ਕਦੇ ਕਸਬਾ ਹੁੰਦਾ ਆਊਗਾ ਉਹਦੇ ਅੰਦਰ ਪੰਜਾਂ ਗਰਿਆਂ 'ਚ ਬੈਠ ਕੇ ਸੱਤ ਮਹੀਨਿਆਂ ਦੀ ਮੁਕਾਬਲਾ ਕੀਤਾ ਉਹਨਾਂ ਦੀ ਮੁਕਾਬਲਾ ਕੀਤਾ ਆ ਉਹਨਾਂ ਦੀ ਪੇਸ਼ ਨਹੀਂ ਜਾਣ ਦਿੱਤੀ ਪਰ ਜਦੋਂ ਸਿੰਘਾਂ ਨੇ ਕਾਹਦੇ ਆ ਆਨੰਦਪੁਰ ਛੱਡਣਾ ਤੇ ਸਿੰਘਾਂ ਦੀ ਗੱਲ ਵੀ ਮੰਨ ਲਈ ਆ ਸਰਸਾ ਪਾਰ ਕੀਤੀ ਆ ਫੇਰ ਇਹ ਚਮਕੌਰ ਦੀ ਗੜੀ ਜੇ ਉਹ ਸਤਗੁਰੂ ਜਾ ਕੇ ਬੈਠਿਆ ਉੱਥੇ ਜਾ ਕੇ 40 ਸਿੰਘਾਂ ਨਾਲ 10 ਲੱਖ ਲੜਾਤੇ ਤੇ ਉਹ ਖਦਰਾਣੇ ਦੀ ਧਾਪ ਦੇ ਵਿੱਚ 500 700 ਸਿੱਕ ਕੋਲ ਆ ਤੇ 10 15 ਹਜ਼ਾਰ ਫੌਜ ਨੂੰ ਹਾਰ ਦਿੰਦੀ ਸਤਗੁਰੂ ਵਰਗੀ ਤਕਨੀਕ ਕਿਸੇ ਕੋਲ ਨਹੀਂ ਜੀ 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 ਅਸਾਂ ਵੀ ਜੰਗ ਲੜਨ ਦੀ ਸਤਗੁਰੂ ਨੇ ਕਿਹਾ ਤੇ ਕੋਈ ਬੇਸ਼ੱਕ ਫੌਜ ਘਾਟਿਆ ਪਰ ਸਾਡੀ ਗੱਲ ਬੰਦੀ ਚੰਬਲ ਪਾਰ ਕਰਕੇ ਤਾਂ ਕਿ ਉਹਨੂੰ ਪਿੱਛੋਂ ਤੇਰੇ ਕੋਈ ਘੇਰਾ ਨਾ ਪੈ ਸਕੇ ਚੰਬਲ ਤੇਰੀ ਪਿੱਠ ਪਿੱਛੇ ਹੋਣੀ ਚਾਹੀਦੀ ਆ ਪਿਛਲਾ ਪਾਸਾ ਅਸੀਂ ਸੰਭਾਂਗੇ ਪਰ ਚੰਬਲ ਤੇਰੀ ਪਿੱਠ ਪਿਛੇ ਹੋਣੀ ਚਾਹੀਦੀ ਨਹੀਂ ਕੋਈ ਤੇ ਤੇ ਹਮਲਾਣਾ ਹੋਵੇ ਤੇ ਗਾਂ ਜਾ ਕੇ ਤਾਰਾ ਆਦਮ ਨਾਲ ਜਾ ਕੇ ਤੇ ਤੇਰੇ ਨਾਲ ਧਰਮ ਸਿੰਘ ਦਾ ਜਦਾਊਗਾ ਸੋ ਸਤਗੁਰ ਨੇ ਸਮਝਾ ਕੇ ਉਹਨਾਂ ਨੂੰ ਤੋੜ ਦਿੱਤਾ ਆ ਇਹ ਉੱਥੇ ਪਹੁੰਚ ਗਏ ਆ ਜੀ ਇਹ ਇਤਿਹਾਸ ਕਹਿੰਦਾ ਆ ਕਿ ਸ਼ਾਹਜਾਹ ਦਾ ਮੌਮ ਮੁਹੰਮਦ ਮੁਜਮ ਜਿਹੜਾ ਸੀ ਉਹਨੇ ਆਪਣੇ ਹਸਤਾਂ ਦੇ ਥੱਲੇ ਦਸਤ ਦੇ ਥੱਲੇ ਲਿਖਤਾ ਵੀ ਸਤਗੁਰ ਦੀ ਇੱਕ ਗੱਲ ਤਾਕੀ ਅਸੀਂ ਜਿੰਨੀਆਂ ਸਤਿਗੁਰ ਗੱਲਾਂ ਕਰਨਗੇ ਮੰਨਾਂਗੇ ਮੰਨਾਂਗੇ ਤੇ ਮੇਰੇ ਖਿਆਲ ਸਮਾ ਹੋ ਗਿਆ ਆਪਾਂ ਇੱਥੇ ਗੱਲ ਅਗਲੇ ਐਪੀਸੋਡ ਸ਼ੁਰੂ ਕਰਦੇ ਹਾਂ ਬਿਲਕੁਲ ਵੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਉਸ ਤੋਂ ਬਾਅਦ ਕੀ ਹਾਲਾਤ ਬਣੇ ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਸਾਂਝੇ ਕੀਤੇ ਜਾਣਗੇ ਪ੍ਰੋਗਰਾਮ ਕਰਦੇ ਅਗਰ ਸੜਕੋ ਗਲਤੀ ਹੋ ਗਈ ਹੋਵੇ ਦੋਵੇਂ ਹੱਥ ਜੋੜ ਕੇ ਅਸੀਂ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ ਇੱਥੇ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਸ਼ਿਵਾ ਪਰ ਮੋਹੇ ਹੈ ਛੁਪ ਕਰ ਮੰਦੇ ਕਭੂ ਨਾ ਡਰੂ ਮੇਰੇ ਦਰੂੋਂ ਸੋਚ ਬਚਾਈ ਲੂ ਜਿਸ ਤੇ ਕਰ ਆਪਣੀ ਖੀਟ ਕਰ